ਜਿਸ ਚੀਜ਼ ਦੀ ਅੱਜ ਇੱਥੇ ਇਕੱਠੇ ਹੋਏ ਹਾਂ ਉਹਦੇ ਲਈ ਨਵਸੰਕਲਪ ਜਿਹੜੀ ਇੱਕ ਸੰਸਥਾ ਹੈ ਇਹਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਜੀ ਬਹੁਤ ਚੰਗਾ ਕੰਮ ਕਰ ਰਹੇ ਹੋ ਹੈਲੋ ਹੈਲੋ ਇਹ ਮੇਰੇ ਇਨੀਅਰ ਚ ਪਾ ਦਿਓ ਬਾਈ ਸੁਮਿਤ ਇਨੀਅਰ ਚ ਕਰਦੇ ਹਾਂ ਰੋਹਿਤ ਸੋਰੀ ਸੋ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਬਾਬਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਕਦੇ ਮੇਰੀ ਲੋੜ ਹੋਈ ਇਸ ਕੰਮ ਦੇ ਵਿੱਚ ਤਾਂ ਮੈਨੂੰ ਜ਼ਰੂਰ ਜਦ ਮਰਜ਼ੀ ਤੁਸੀਂ ਦੱਸ ਦਿਓ ਮੈਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਹਾਂ ਸੋ ਜ਼ਿਆਦਾ ਟਾਈਮ ਨਹੀਂ ਲਾਵਾਂਗੇ ਉਹ ਸੱਚੀ ਸੱਚੀ ਦੱਸ ਮੈਤੋਂ ਕੀ ਪਾਲਦਾ ਗੁਲਾਬ ਦੀਆਂ ਕੱਲਾ ਤੇਰੇ ਪਿੱਛੇ ਗੋਰੀ ਏ ਮੈਂ ਤਾਂ ਉਸ ਤੇ ਪੰਜਾਬ ਚੱਕੀ ਫਿਰਦਾ ਉਹ ਕੁੜੀਆਂ ਦੇ ਕੋਕੇ ਮਿਲਦੇ ਉਹ ਟੁੱਟ ਪੈਣਿਆਂ ਵਿੱਚ ਤੇਰੀ ਜਗਵਾਰ ਚੋਂ ਨੀ ਤੱਕ ਤੱਕ ਦੀ ਗੋਰੀ ਉਹ ਨਿਕਲੇ ਕਰੰਟ ਤੇਰੇ ਮੈਂ ਉਹ ਨੀ ਕੁੜੀ ਜਿਹੜੀ ਮੰਨ ਜਾਊ ਥੱਲੇ ਰੱਖਦੀਆਂ ਮਿੱਤਰਾਂ ਦੇ ਦਿਲ ਨੂੰ ਲੱਗਦਾ ਜਾਣ ਦੀ ਹੱਲੇ ਜੱਸੀ ਗਿੱਲ ਨੂੰ ਉਹ ਜਿਹੜਾ ਬੰਬ ਸੁੱਟ ਮਾਰਦਾ ਬਲੀਏ ਉਹ ਤੇਰਾ ਬਾਪੂ ਵੱਲ ਦੇਤਾ ਨਹੀਂ ਜਿਹੜਾ ਚੌਂਕ ਵਿੱਚ ਖੜੇ ਨੂੰ ਹੀ ਚੱਕ ਲੂ ਉਹ ਤੇਰਾ ਭਾਈਆ ਕਰੇਤਾ ਨਹੀਂ ਉਹ ਸਾਡਾ ਬਾਪੂ ਜਿਮੀਦਾਰ ਕਿੱਥੋਂ ਲੈ ਕੇ ਦੇਵੇਗਾ ਦੇਖੀ ਮਰਨਾ ਜਾਈ ਤੂੰ ਸੰਗ ਨਾਲ ਜੇ ਮੈਨੂੰ ਕਰਦਾ ਪਸੰਦ ਕਿਉਂ ਨੀ ਬੋਲਦਾ ਉਹ ਕਰਦਾ ਪਸੰਦ ਕਿਉਂ ਨੀ ਬੋਲਦਾ ਰੋਜ਼ ਲੰਘ ਜਾਣਾ ਦੇਖ ਮੇਰਾ ਮੂੰਹ ਦੇ ਮੈਂ ਕੁੜੀ ਹੋ ਕੇ ਨੇ ਨਖਰੇ ਨਹੀਂ ਕਰਦੀ ਵੇ ਜਿੰਨੇ ਮੁੰਡਾ ਹੋ ਕੇ ਕਰਦਾ ਹੈ ਤੂੰ ਵੇ ਆ ਜਾ ਹੋਰ ਭਾਈ ਭੰਗੜਾ ਦੇਖੀ ਮਰਨਾ ਜਾਈ ਤੂੰ ਸੰਗ ਨਾਲ ਗੱਲ ਕਰਨੀ ਪੈਂਦੀ ਹੈ ਡੰਗ ਨਾਲ ਮੁੰਡਿਆ ਦੇਖੀ ਮਰਨਾ ਜਾਈ ਤੂੰ ਸੰਗ ਨਾਲ ਮੁੰਡਿਆ ਗੱਲ ਕਰਨੀ ਪੈਂਦੀ ਹੈ ਡੰਗ ਨਾਲ ਮੁੰਡਿਆ ਮੈਨੂੰ ਕਰਦਾ ਪਸੰਦ ਕਿਉਂ ਨੀ ਬੋਲਦਾ ਕਰਦਾ ਪਸੰਦ ਕਿਉਂ ਨੀ ਬੋਲਦਾ ਰੋਜ਼ ਲੰਘ ਜਾਣਾ ਦੇਖ ਮੇਰਾ ਮੂਹੇ ਕੁੜੀ ਹੋ ਕੇ ਨਖਰੇ ਨਹੀਂ ਕਰਦੀ ਜਿਵੇਂ ਮੁੰਡਾ ਹੋ ਕੇ ਕਰਦਾ ਹੈ ਕੁੜੀ ਹੋ ਕੇ ਨਖਰੇ ਨਹੀਂ ਕਰਦੀ ਜਿਵੇਂ ਮੁੰਡਾ ਹੋ ਕੇ ਕਰਦਾ ਹੈ ਤੂੰ ਉਹ ਕੁੜੀ ਹੋ ਕੇ ਮੁੰਡਾ
ਤੁਰ ਜਾਣਾ ਮੇਰਾ ਨਾਂ ਛੱਡ ਕੇ ਰੱਖ ਜਿਗਰਾਂ ਦੇ ਗੱਡੀ ਨੂੰ ਪਿਆਰ ਕਰਦਾ ਮੈਨੂੰ ਪਤਾ ਮੇਰੇ ਕਦੋਂ ਦਾ ਤੂੰ ਮਰਦਾ ਪਹਿਲਾਂ ਗੱਭਰੂ ਤਾਂ ਬਣ ਜੋਣ ਜੋਗਿਆ ਗੱਭਰੂ ਤਾਂ ਬਣ ਜੋਣ ਜੋਗਿਆ ਮੈਨੂੰ ਬੇਬੇ ਨੀ ਬਣਾਉਣਾ ਜੇ ਤੂੰ ਨੂੰ ਵੇ ਕੁੜੀ ਹੋ ਗਿਆ ਨੇ ਨੱਕੜੇ ਨੀ ਕਰਦੀ ਕੁੜੀ ਹੋ ਗਿਆ ਨੇ ਨੱਕੜੇ ਨੀ ਕਰਦੀ ਕੁੜੀ ਹੋ ਗਿਆ ਨੇ ਨੱਕੜੇ ਨੀ ਕਰਦੀ ਮੈਨੂੰ ਮੁੰਡਾ ਹੋ ਕੇ ਕਰਦਾ ਕਾਰਡ ਹੋਵੇ ਚਾਹੇ ਪੇਂਟਿੰਗ ਹੋਵੇ ਚਾਹੇ ਕੋਈ ਡਰਾਇੰਗ ਹੋਵੇ ਜਦੋਂ ਮੇਰੀ ਪੋਰਟਰੇਟ ਹੋਵੇ ਜਾਂ ਕੋਈ ਮੈਨੂੰ ਦੇ ਕੇ ਜਾਂਦਾ ਮੈਨੂੰ ਬੜੀ ਖੁਸ਼ੀ ਹੁੰਦੀ ਇਸ ਚੀਜ਼ ਤੋਂ ਕਿਉਂਕਿ ਮੈਂ ਸੋਚਦਾ ਨਾ ਕਿ ਅਗਰ ਮੈਨੂੰ ਇਹ ਕਰਨਾ ਪਵੇ ਮੈਂ ਸ਼ਾਇਦ ਕਦੇ ਨਹੀਂ ਕਰ ਸਕਦਾ ਸੀਗਾ ਬਟ ਜਿੰਨੇ ਵੀ ਲੋਕ ਪਿਆਰ ਕਰਦੇ ਜਾਂ ਜਿੰਨੇ ਤੁਸੀਂ ਪਿਆਰ ਕਰਦੇ ਹੋ ਤੁਸੀਂ ਟਾਈਮ ਕੱਢਦੇ ਹੋ ਉਸ ਟਾਈਮ ਦੀ ਬਹੁਤ ਰਿਸਪੈਕਟ ਆ ਮੈਨੂੰ ਥੈਂਕ ਯੂ ਸੋ ਮਚ ਤੁਹਾਨੂੰ ਬਹੁਤ ਬਹੁਤ ਪਿਆਰ ਉਹ ਜਿਹੜਾ ਬੰਬ ਸੁੱਟ ਮਾਰ ਦੂਗਾ ਬੱਲੀਏ ਉਹ ਤੇਰਾ ਬਾਪੂ ਮੈਂ ਦੇਖਦਾ ਨਹੀਂ ਉਹ ਜਿਹੜਾ ਚੌਂਕ ਵਿੱਚ ਖੜੇ ਨੂੰ ਹੀ ਚੱਕ ਲੂ ਤੇਰਾ ਭਾਈ ਆ ਕਰੇਰਤਾ ਨਹੀਂ ਬੱਲੀਏ ਮੇਰੀ ਬੇਟੀ
ਸਰ ਨੇ ਦੇਖਿਆ ਮੈਂ ਮੇਰੇ ਕੋਲ ਲੈਂਸ ਸਰਕਾਰ ਹੁੰਦੀ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਅੱਗੋ ਹੀ ਪੁੱਛਿਆ ਮੈਂ ਲੜ ਕੇ ਲੱਗੀ ਸੀ ਘਰਦਿਆਂ ਤੋਂ ਸੋ ਉਸ ਟਾਈਮ ਆਪਾਂ ਨੂੰ ਲੱਗਦਾ ਹੁੰਦਾ ਕਿ ਮੇਰੇ ਡੈਡੀ ਕੋਲ ਪਤਾ ਨਹੀਂ ਕਿੰਨੇ ਕੁ ਪੈਸੇ ਨੇ ਪਰ ਜਦੋਂ ਮੈਂ ਕੋਈ ਚੀਜ਼ ਮੰਗਦਾ ਉਦੋਂ ਸਾਰੇ ਪੈਸੇ ਕਹਿੰਦੇ ਮੇਰੇ ਕੋਲ ਤਾਂ ਪੈਸੇ ਨਹੀਂ ਮੈਨੂੰ ਬਹੁਤ ਵੱਡਾ ਵਹਿਮ ਸੀਗਾ ਕਿ ਮੇਰੇ ਡੈਡੀ ਕੋਲ ਬਹੁਤ ਪੈਸੇ ਨੇ ਬਸ ਮੈਨੂੰ ਕੋਈ ਚੀਜ਼ ਨਹੀਂ ਲੈ ਕੇ ਦਿੰਦੇ ਪਰ ਇਹ ਵਹਿਮ ਹੌਲੀ ਹੌਲੀ ਦੂਰ ਹੁੰਦਾ ਤੁਸੀਂ ਆਪ ਪੈਸੇ ਕਮਾਉਣੇ ਸ਼ੁਰੂ ਕਰ ਦਿਓ ਸੋ ਇੱਕ ਵਾਰ ਖਿੱਚ ਕੇ ਆਪਣੇ ਬਾਪੂ ਨਾਲ ਤਾੜੀ ਮਾਰ ਦਿਓ ਜਿਹੜਾ ਤੁਹਾਨੂੰ ਸਾਰਿਆਂ ਨੂੰ ਇੰਨਾ ਖੁਸ਼ ਰੱਖਣਾ ਕਿਉਂਕਿ ਅੱਜ ਦੇ ਟਾਈਮ ਆਪਣੇ ਆਪ ਨੂੰ ਖੁਸ਼ ਰੱਖਣਾ ਬਹੁਤ ਔਖਾ ਬਾਕੀ ਲੋਕਾਂ ਨੂੰ ਸੋਚ ਸਕਦੇ ਆਪਣਾ ਪੂਰਾ ਟੱਬਰ ਆਪਣਾ ਪੂਰੇ ਫੈਮਿਲੀ ਨੂੰ ਮਤਲਬ ਇਹ ਇੰਡੀਆ ਦੇ ਪੰਜਾਬ ਦੇ ਵਿੱਚ ਹੀ ਆ ਕਿ ਜਦੋਂ ਇੱਕ ਬੰਦਾ ਕਮਾਉਣਾ ਤਾਂ ਬਾਕੀ ਸਾਰੇ ਖਾਣ ਵਾਲੇ ਹੁੰਦੇ ਆ ਸੋ ਇਹ ਮੇਰੇ ਡੈਡੀ ਲਈ ਤੁਹਾਡੇ ਡੈਡੀ ਲਈ ਗਾਣਾ ਸੁਣਾਉਣ ਲੱਗਿਆ ਮੈਂ ਰੋਕ ਲਈਏ ਜੀ ਸਵੇਰੇ ਸਰ ਨੇ ਰੋਕਣ ਦੇ ਸੋ ਇਹ ਗਾਣਾ ਥੋੜ੍ਹਾ ਜਿਹਾ ਰੋਕ ਲੈਂਦੇ ਆਪਾਂ ਚੱਲੀ ਜਾਣਾ ਥੋੜ੍ਹਾ ਥੋੜ੍ਹਾ ਸਵਾਲ ਇੱਕ ਬੱਚਾ ਜਿਹਨੂੰ ਇਹਦੇ ਇਲਾਜ ਦੇ ਲਈ 30,000 ਰੁਪਏ ਡੋਨੇਟ ਕਰਨਾ ਪ੍ਰਿੰਸੀਪਲ ਪਵਨ ਸ਼ਰਮਾ ਜੀ ਮੈਂ ਰਿਕੁਐਸਟ ਕਰਦਾ ਕਿ ਉਹ ਸਟੇਜ 'ਤੇ ਆ ਜਾਣ ਅਤੇ